ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਗੁਰੂ ਮਹਾਰਾਜ ਮਿਹਰ ਕਰਨ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ ਤੁਸੀਂ ਇਹ ਛੋਟਾ ਜਿਹਾ ਵੀਡੀਓ ਦੇਖਿਆ ਹੁਣ ਜਿਹਦੇ ਵਿੱਚ ਇੱਕ ਵੀਰ ਦਾ ਮੈਸੇਜ ਜੋ ਹੈ ਪਲੇ ਕਰਕੇ ਆਪ ਜੀ ਨੂੰ ਸੁਣਾਇਆ ਸੋ ਇਹ ਮੈਸੇਜ ਸਾਰੇ ਉਹਨਾਂ ਵੀਰਾਂ ਵਾਸਤੇ ਹੈ ਜਿਹੜੇ ਗਲਫ ਦੇ ਵਿੱਚ ਨੇ ਔਰ ਜਿਹੜੇ ਵਿਦਾਊਟ ਲਾਇਸੈਂਸ ਟਰਾਲਾ ਚਲਾ ਰਹੇ ਨੇ ਸੋ ਵਿਦਾਊਟ ਲਾਇਸੈਂਸ ਅਗਰ ਤੁਹਾਡਾ ਕਫੀਲ ਤੁਹਾਡੇ ਕੋਲ ਟਰਾਲਾ ਚਲਵਾ ਰਿਹਾ ਤੁਹਾਡਾ ਜਿਹੜਾ ਮਾਲਕ ਹੈ ਰਬਾਬ ਹੈ ਉਹ ਅਗਰ ਤੁਹਾਡੇ ਕੋਲੋਂ ਗੱਡੀ ਚਲਵਾ ਰਿਹਾ ਟਰਾਲਾ ਚਲਾ ਰਿਹਾ ਕੋਈ ਵੀ ਛੋਟੀ ਜਾਂ ਵੱਡੀ ਗੱਡੀ ਚਲਵਾ ਰਿਹਾ ਅਤੇ ਔਰ ਬਿਨਾਂ ਲਾਇਸੈਂਸ ਤੋਂ ਚਲਵਾ ਰਿਹਾ ਕੋਈ ਕਾਗਜ਼ ਪੱਤਰ ਨਹੀਂ ਬਣਾਇਆ ਕੋਈ ਹਕਾਮਾ ਨਹੀਂ ਬਣਾਇਆ ਤੁਹਾਡਾ ਕੋਈ ਉਹਨੇ ਕੁਛ ਨਹੀਂ ਕੀਤਾ ਅਤੇ ਯਾਦ ਰੱਖਿਓ ਜਿਸ ਟਾਈਮ ਵੀ ਐਕਸੀਡੈਂਟ ਹੋ ਗਿਆ ਉਹਨੇ ਹੱਥ ਖੜ੍ਹੇ ਕਰ ਲੈਣੇ ਨੇ ਔਰ ਤੁਸੀਂ ਸਾਰੀ ਉਮਰ ਵਾਸਤੇ ਬਚ ਜਾਣਾ ਜੇ ਸਿਰਫ ਗੱਡੀ ਕਿਤੇ ਲੱਗੀ ਔਰ ਗੱਡੀ ਦਾ ਨੁਕਸਾਨ ਹੋਇਆ ਉਹ ਬੰਦਾ ਝੱਲ ਸਕਦਾ ਬਟ ਅਗਰ ਬੰਦੇ ਦਾ ਨੁਕਸਾਨ ਹੋ ਗਿਆ ਕਿਸੇ ਸਾਊਦੀ ਦਾ ਕਿਸੇ ਕੁਵੈਤੀ ਦਾ ਕਿਸੇ ਓਮਾਨੀ ਦਾ ਤਾਂ ਬਹੁਤ ਵੱਡਾ ਜ਼ਿੰਦਗੀ ਦਾ ਜੰਜਾਲ ਤੁਹਾਨੂੰ ਪੈ ਜਾਣਾ ਸੋ ਇਸ ਕਰਕੇ ਬੇਨਤੀ ਹੈ ਕਿ ਬਹੁਤ ਜਿਹੜੇ ਇੰਪਲੋਇਰ ਨੇ ਕਫੀਲ ਨੇ ਜਿਹੜੇ ਰਬਾਬ ਨੇ ਅਰਬ ਕੰਟਰੀਆਂ ਦੇ ਵਿੱਚ ਉਹ ਲਾਇਸੈਂਸ ਬਣਾਉਣ ਦੇ ਪ੍ਰੋਸੈਸ ਤੋਂ ਦੂਰ ਰਹਿੰਦੇ ਹੈ ਗੱਡੀਆਂ ਵੀ ਉਹਨਾਂ ਦੀ ਭੈੜੇ ਜਿਹੇ ਖੜੂਸੇ ਹੁੰਦੇ ਤੁਹਾਨੂੰ ਪਤਾ ਹੀ ਹੈ ਅਤੇ ਆਪਣੇ ਵੀਰਾਂ ਤੋਂ ਧੱਕੇ ਨਾਲ ਗੱਡੀ ਚਲਾਉਂਦੇ ਆ ਕਹਿੰਦੇ ਕਿ ਬਸ ਤੁਸੀਂ ਗੱਡੀ ਚਲਾਓ ਸਾਨੂੰ ਕੋਈ ਮਤਲਬ ਨਹੀਂ ਕਿ ਗੱਡੀ ਪੁਰਾਣੀ ਹੈ ਨਵੀਂ ਹੈ ਗੱਡੀ ਚਲਾਓ ਕੋਈ ਲਾਇਸੈਂਸ ਨਹੀਂ ਕੋਈ ਕੁਛ ਨਹੀਂ ਸੋ ਜਦੋਂ ਵੀ ਐਕਸੀਡੈਂਟ ਹੋ ਗਿਆ ਤਾਂ ਇੱਕ ਤਾਂ ਉਹਨੇ ਗੱਡੀ ਦਾ ਸਾਰਾ ਖਰਚਾ ਤੁਹਾਡੇ ਸਿਰ ਪਾ ਦੇਣਾ ਫਿਰ ਮਤਲੂਬ ਲਵਾ ਦੇਣਾ ਤੁਸੀਂ ਕੰਟਰੀ ਐਗਜ਼ਿਟ ਨਹੀਂ ਕਰ ਸਕਦੇ ਕੰਟਰੀ ਐਗਜ਼ਿਟ ਤੁਹਾਡੇ ਤੁਹਾਡੀ ਆਈ ਡੀ ਦੇ ਉੱਪਰ ਜੋ ਹੈ ਤੁਹਾਡੇ ਪਾਸਪੋਰਟ ਦੇ ਉੱਪਰ ਜੋ ਹੈ ਉਹ ਜਦੋਂ ਮਤਲੂਬ ਲੱਗ ਗਿਆ ਇੱਕ ਵਾਰ ਤੁਹਾਡੇ ਰੈਕਟ 'ਤੇ ਚੜ੍ਹ ਗਿਆ ਜਦ ਤੱਕ ਤੁਸੀਂ ਉਹ ਪੇ ਨਹੀਂ ਕਰੋਗੇ ਤਾਂ ਤੱਕ ਉੱਥੋਂ ਖਲਾਸੀ ਨਹੀਂ ਹੋਣੀ
ਸੋ ਬੇਨਤੀ ਹੈ ਜਿੰਨੇ ਵੀ ਵੀਰ ਅਰਬ ਕੰਟਰੀਆਂ 'ਚ ਗਲਫ ਕੰਟਰੀਆਂ 'ਚ ਕੰਮ ਕਰਦੇ ਨੇ, ਹਾਲਾਂਕਿ ਆਪਾਂ ਇਹ ਵੀਰਵਾਰ ਨਾਲ ਵੀ ਜਦੋਂ ਮੇਰੀ ਗੱਲਬਾਤ ਹੋਈ ਤਾਂ ਮੈਂ ਕਿਹਾ ਕਿ ਨਹੀਂ ਕਰਨਾ ਚਾਹੀਦਾ, ਤਾਂ ਵੀਰ ਦਾ ਅੱਗੋਂ ਕਹਿਣਾ ਸੀਗਾ ਕਿ ਫਿਰ ਕੀ ਕਰੀਏ, ਖਾਈਏ ਪੀਏ ਕਿੱਥੋਂ, ਖਾਣਾ ਪੀਣਾ ਉਹ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ, ਉਸ ਚੀਜ਼ ਨਾਲ ਮੈਂ ਐਗਰੀ ਹਾਂ, ਬਟ ਜਦੋਂ ਕਿਤੇ ਐਕਸੀਡੈਂਟ ਹੋ ਗਿਆ ਫਿਰ 50-60 ਹਜ਼ਾਰ ਰਿਆਲ 30-40-50-70-80 ਹਜ਼ਾਰ ਦਰਾਮ ਕਿੱਥੋਂ ਲਿਆਉਣਾ, ਜੇ ਕੋਈ ਅਰਬੀ ਓਮਾਨੀ ਦੁਬਈ ਵਾਲਾ ਕੋਈ ਮਰ ਗਿਆ ਫਿਰ ਲੱਖਾਂ ਕੇ ਕਰੋੜਾਂ ਰੁਪਈਆ ਫਿਰ ਕਿੱਥੋਂ ਲਿਆਉਣਾ। ਇਸ ਕਰਕੇ ਬੇਨਤੀ ਹੈ ਕਿ ਬਿਨਾਂ ਲਾਇਸੈਂਸ ਅਰਬ ਦੇ ਵਿੱਚ ਕਿਤੇ ਵੀ ਗੱਡੀ ਨਾ ਚਲਾਓ, ਗੱਡੀ ਨਾਲ ਕਿਤੇ ਗੱਡੀ ਵੱਜ ਗਈ ਇਟਸ ਓਕੇ, ਉਹ ਪੈਸਾ ਦੇ ਕੇ ਖਲਾਸੀ ਹੋ ਜਾਏਗੀ, ਜਿੱਦਾਂ ਹੁਣ ਇਹਨਾਂ ਨੂੰ 15,000 ਰਿਆਲ ਦਾ ਕਿਹਾ। ਇੱਕ ਹੋਰ ਵੀਰ ਦਾ ਇਹੋ ਜਿਹਾ ਕੇਸ ਆਇਆ ਸੀ ਪਿੱਛੇ ਜੀ, ਉਹਨੂੰ 45,000 ਰਿਆਲ ਕਿਹਾ ਸੀਗਾ, 45,000 ਰਿਆਲ ਦੇ ਤੇਰੇ ਤੂੰ ਇਹਦੇ 'ਚੋਂ ਨਾਮ ਕਢਾ ਦਿੰਦੇ ਹਾਂ ਫਿਰ ਤੂੰ ਜਾ ਸਕਦਾ, ਉਹ ਵੀ ਆਪਣੀ ਟਿਕਟ ਲੈ ਕੇ, ਔਰ ਕਾਫੀ ਮਹੀਨਿਆਂ ਤੋਂ ਉਹਨੂੰ ਸੈਲਰੀ ਵੀ ਨਹੀਂ ਮਿਲੀ। ਸੋ ਇਹ ਅਰਬ ਦੇ ਵਿੱਚ ਕੋਮਨ ਪ੍ਰੋਬਲਮ ਹੈ, ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਕੇ ਜਾਓ, ਇਹ ਕਿਸੇ ਨਾਲ ਵੀ ਹੋ ਸਕਦਾ, ਕਦੇ ਵੀ ਹੋ ਸਕਦਾ, ਕਦੇ ਕੋਈ ਵੀ ਬੰਦਾ ਇਸ ਪਰੇਸ਼ਾਨੀ ਦੀ ਜੱਦ ਵਿੱਚ ਆ ਸਕਦਾ। ਬਟ ਇੱਕ ਵਾਰ ਜੇ ਗੱਡੀ ਵੱਜ ਗਈ ਔਰ ਤੁਸੀਂ ਇਹ ਸਮਝ ਲਓ ਕਿ ਤੁਸੀਂ ਵੱਜ ਗਏ ਉੱਥੇ, ਇੰਨੀ ਮੋਟੀ ਰਕਮ ਅਗਰ ਬੰਦਿਆਂ ਕੋਲ ਮਿਡਲ ਕਲਾਸ ਫੈਮਿਲੀ ਕੋਲ ਹੋਵੇ ਤਾਂ ਉਹਨਾਂ ਨੇ ਅਰਬ ਕੰਟਰੀਆਂ ਜਾਣਾ ਕਾਹਦੇ ਵਾਸਤੇ। ਸੋ ਪਹਿਲਾਂ ਆਪਣਾ ਲਾਇਸੈਂਸ ਬਣਾਓ, ਆਪਣੇ ਵੀਰਾਂ ਭਰਾਵਾਂ ਤੋਂ ਪੈਸੇ ਪਕੜ ਕੇ ਆਪਣਾ ਲਾਇਸੈਂਸ ਬਣਾਓ, ਫਿਰ ਕੰਮ 'ਤੇ ਚੜ੍ਹੋ। ਦੂਸਰੀ ਬੇਨਤੀ ਸਾਰੇ ਅਰਬ ਵਾਲੇ ਵੀਰਾਂ ਨੂੰ, ਗਲਫ ਵਾਲੇ ਵੀਰਾਂ ਨੂੰ ਇਹ ਕਰਨੀ ਕਿ ਸਾਰੇ ਹੀ ਆਪਾਂ ਹਾਰਡ ਟਾਈਮ ਦੇਖ ਰਹੇ ਹਾਂ। ਕੱਲ੍ਹ ਮੇਰੇ ਕੋਲ ਕਿਸੇ ਵੀਰ ਨੇ ਫੋਟੋ ਭੇਜੀ ਸੀ, ਕੋਈ ਜੇਸੀਬੀ ਚਲਾਉਣ ਵਾਲਾ ਵੀਰ, ਉਹਨੇ ਸੁਸਾਈਡ ਕਰ ਲਿਆ, ਕੋਈ ਪਤਾ ਨਹੀਂ ਉਹਦੀ ਕੀ ਪਰਸਨਲ ਪ੍ਰੋਬਲਮ ਹੋਣੀ ਹੈ ਜਾਂ ਕੀ ਪ੍ਰੋਬਲਮ ਹੋਣੀ ਹੈ, ਬਟ ਬੇਨਤੀ ਹੈ, ਸਾਰੀ ਦੁਨੀਆ 'ਤੇ ਹਾਰਡ ਟਾਈਮ ਚੱਲਦਾ, ਸੋ ਇਹ ਕੰਮ ਨਾ ਕਰੀਏ, ਕਿਉਂਕਿ ਅਸਲ ਮਰਨਾ ਉਹਨਾਂ ਦਾ ਹੁੰਦਾ ਜਿਹੜੇ ਪਿੱਛੇ ਰਹਿ ਜਾਂਦੇ ਆ। ਸੋ ਬੇਨਤੀ ਹੈ ਇਹ ਸਟੈਪ ਆਪਾਂ ਨਾ ਲਈਏ। ਇਸ ਟਾਈਮ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਆਪਾਂ ਨੂੰ ਸਿੱਖਿਆ ਦਿੱਤੀ ਹੈ, ਕਿਰਤ ਕਰੋ ਅਤੇ ਵੰਡ ਛਕੋ, ਉਹਦੇ ਉੱਪਰ ਆਪਾਂ ਅਮਲ ਕਰੀਏ। ਜਿੰਨਾ ਕੁ ਵੀ ਆਪਾਂ ਇਕੱਠੇ ਕੈਂਪਾਂ ਦੇ ਵਿੱਚ, ਕਮਰਿਆਂ ਦੇ ਵਿੱਚ ਇਕੱਠੇ ਰਹਿੰਦੇ ਹਾਂ, ਕੰਪਨੀਆਂ ਦੇ ਵਿੱਚ ਇਕੱਠੇ ਰਹਿੰਦੇ ਹਾਂ, ਬਾਹਰ ਰੂਮ ਕਿਰਾਏ 'ਤੇ ਲੈ ਕੇ ਰਹਿੰਦੇ ਹਾਂ, ਸਾਰੇ ਵੀਰ ਜਿਹੜਾ ਕੋਈ ਇੱਕ ਜਿਹਦੇ ਕੋਲ ਕੰਮ ਨਹੀਂ ਹੈ ਉਹਦੇ ਨਾਲ ਥੋੜ੍ਹਾ ਜਿਹਾ ਔਖਾ ਸੌਖਾ ਟਾਈਮ ਉਹਦਾ ਲੰਘਾ ਦਈਏ, ਵੰਡ ਕੇ ਛੱਕ ਲਈਏ। ਨਹੀਂ ਤਾਂ ਆਹ ਜਿਹੜਾ ਸੁਸਾਈਡ ਵਾਲਾ ਦੌਰ ਸ਼ੁਰੂ ਹੋਇਆ ਹੈ ਔਰ ਜੋ ਇਸ ਟਾਈਮ ਮੰਦੀ ਹੈ ਪੂਰੀ ਦੁਨੀਆ ਦੇ ਵਿੱਚ, ਬੇਸ਼ੁਮਾਰ ਮੌਤਾਂ ਹੋਣਗੀਆਂ, ਬੇਸ਼ੁਮਾਰ। ਸੋ ਇਹ ਬੇਨਤੀ ਹੈ, ਗੁਰਦੁਆਰਿਆਂ ਦੇ ਵਿੱਚ ਮੱਥਾ ਟੇਕਣਾ ਬਹੁਤ ਜ਼ਰੂਰੀ ਹੈ, ਆਪਾਂ ਜਾਂਦੇ ਹਾਂ ਸਾਰੇ ਮੱਥਾ ਟੇਕਣੇ ਹਾਂ, ਲੰਗਰ 'ਚ ਹਿੱਸਾ ਪਾਉਂਦੇ ਹਾਂ, ਲੇਕਿਨ ਕਿਸੇ ਭੁੱਖੇ ਨੂੰ ਰੋਟੀ ਖਵਾਉਣੀ, ਉਹ ਬੇਸ਼ੱਕ ਆਪਣੇ ਕਮਰੇ 'ਚ ਹੋਵੇ, ਆਪਣੀ ਕੰਪਨੀ 'ਚ ਹੋਵੇ, ਜਾਂ ਲਾਗੇ ਤਾਗੇ ਜਿੱਥੇ ਤੁਹਾਨੂੰ ਪਤਾ ਲੱਗਦਾ ਉੱਥੇ ਹੋਵੇ, ਉਹ ਜ਼ਿਆਦਾ ਜ਼ਰੂਰੀ ਹੈ ਇਸ ਟਾਈਮ, ਕਿਉਂਕਿ ਗੁਰਦੁਆਰੇ ਵੀ ਮੋਸਟਲੀ ਬੰਦ ਪਏ ਨੇ, ਉਹ ਵੀ ਬਾਹਰ ਜਾ ਕੇ ਸੇਵਾ ਕਰਦੇ ਪਏ ਨੇ। ਸੋ ਬੇਨਤੀ ਹੈ ਜਿੱਥੇ ਜਿੱਥੇ ਕੋਈ ਵੀਰ ਮਜਬੂਰ ਦਿਖਦਾ ਹੈ ਉਹਦੀ ਪਲੀਜ਼ ਹੈਲਪ ਕਰੋ, ਐਟਲੀਸਟ ਲੰਗਰ ਪਾਣੀ ਤੋਂ ਉਹ ਤੰਗ ਪਰੇਸ਼ਾਨ ਨਾ ਹੋਵੇ। ਪਰ ਬਾਕੀ ਡੇਲੀ ਬਹੁਤ ਜ਼ਿਆਦਾ ਮੈਸੇਜ ਆਉਂਦੇ ਨੇ ਜੀ ਮੇਰਾ ਲੋਨ ਦੇਣੇ ਵਾਲਾ ਹੈ, ਮੇਰਾ ਆਹ ਆਉਣੇ ਵਾਲਾ ਹੈ ਜੀ, ਮੇਰੇ ਘਰ ਦੀ ਕਾਪੀ ਦੇਖ ਲਓ ਇਹਦੇ 'ਚ ਪੈਸੇ ਨਹੀਂ ਹੈ, ਆਹ ਦੇਖੋ ਜੀ ਮੈਨੂੰ 10,000 ਦੇ ਦਿਉ, 20,000 ਦੇ ਦਿਉ, 50,000 ਦੇ ਦਿਉ, 1,00,000 ਦੇ ਦਿਉ। ਅਗਰ ਇੱਕ ਬੰਦੇ ਕੋਲ ਇਹੋ ਜਿਹੇ ਡੇਲੀ ਦੇ 100 ਮੈਸੇਜ ਆਉਣਗੇ ਤਾਂ ਕਿੱਥੋਂ ਦਏਗਾ। ਸੋ ਸਭ ਦੀ ਫਾਈਨੈਂਸ਼ੀਅਲ ਹੈਲਪ ਜਿਹੜੀ ਹੈ ਇਸ ਟਾਈਮ ਨਹੀਂ ਕੀਤੀ ਜਾ ਸਕਦੀ, ਕੋਈ ਵੀ ਨਹੀਂ ਕਰ ਸਕਦਾ, ਨਾ ਸਰਕਾਰਾਂ ਕਰ ਸਕਦੀਆਂ ਨਾ ਕੋਈ ਹੋਰ ਕਰ ਸਕਦਾ, ਬਟ ਬੇਨਤੀ ਇਹ ਹੈ ਕਿ ਐਟਲੀਸਟ ਆਪਾਂ ਇੱਕ ਦੂਜੇ ਦਾ ਇਸ ਟਾਈਮ ਡੰਗ ਸਾਰ ਸਕਦੇ ਹਾਂ। ਸੋ ਜਿੱਥੇ ਜਿੱਥੇ ਵੀ ਵੀਰ ਸਾਰੇ ਅਰਬ ਕੰਟਰੀਆਂ ਵਾਲੇ ਹੈਗੇ ਹਾਂ ਆਪਾਂ ਵੀਰ, ਉਹ ਜਿੰਨਾ ਕੁ ਕਿਸ ਦਾ ਟਾਈਮ ਸਾਰ ਸਕਦੇ ਹਾਂ ਉਹਨਾਂ ਜ਼ਰੂਰ ਸਾਰੀਏ। ਇਹੀ ਜੋ ਹੈ ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖਿਆ ਦਿੱਤੀ ਹੈ, ਕਿਰਤ ਕਰੋ ਅਤੇ ਵੰਡ ਛਕੋ। ਸੋ ਇਸ ਟਾਈਮ ਜੋ ਆਪਣੀ ਕਿਰਤ ਕੀਤੀ ਹੈ ਉਹਦੇ ਵਿੱਚੋਂ ਜਿਹੜਾ ਵੀਰ ਜਿਹਦਾ ਟਾਈਮ ਸਾਰ ਸਕਦਾ ਸਾਰੇ, ਤਾਂ ਕਿ ਇਹ ਸੁਸਾਈਡ ਵਾਲਾ ਜਿਹੜਾ ਕੰਮ ਹੈ ਇਹ ਰੁਕਣਾ ਚਾਹੀਦਾ, ਕਿਉਂਕਿ ਜਿਹੜਾ ਬੰਦਾ ਚਲਿਆ ਗਿਆ, ਜਿੱਦਾਂ ਮੈਂ ਪਹਿਲਾਂ ਕਿਹਾ ਜਿਹੜਾ ਬੰਦਾ ਚਲਿਆ ਗਿਆ ਉਹ ਤਾਂ ਸੁਖੀ ਹੋ ਗਿਆ, ਅਸਲ ਮਰਨਾ ਉਹਨਾਂ ਦਾ ਹੁੰਦਾ ਜਿਹੜੇ ਪਿੱਛੇ ਰਹਿ ਜਾਂਦੇ ਆ। ਸੋ ਬੇਨਤੀ ਹੈ ਬਿਨਾਂ ਲਾਇਸੈਂਸ ਟਰੱਕ ਨਾ ਚਲਾਓ, ਲਾਇਸੈਂਸ ਬਣਾਓ। ਜੇ ਉਂਝ ਕੋਈ ਅਰਬੀ ਓਮਾਨੀ ਕੋਈ ਅਰਬੀ ਮਰ ਗਿਆ ਗੱਡੀ ਥੱਲੇ ਆ ਕੇ, ਫਿਰ ਵੀ ਤਾਂ ਲੱਖਾਂ ਕਰੋੜਾਂ ਰੁਪਈਆ ਇਕੱਠਾ ਕਰਨਾ, ਉਹਦੇ ਨਾਲੋਂ ਬੈਟਰ ਹੈ ਆਪਣੇ ਯਾਰ ਦੋਸਤਾਂ ਤੋਂ ਲਓ। ਅਸੀਂ ਵੀ ਅਰਬ 'ਚ ਸੀਗੇ ਅਤੇ ਅਸੀਂ ਵੀ ਆਪਣੇ ਰੂਮਮੇਟਸ ਦੀ ਹੈਲਪ ਕਰਦੇ ਰਹੇ ਹਾਂ। ਜੇ ਤੁਹਾਨੂੰ ਸ਼ੱਕ ਹੈ ਤਾਂ ਮੈਂ ਉਹ ਜਿਹਦੀ ਮੈਂ ਹੈਲਪ ਕੀਤੀ ਸੀਗੀ, ਉਹ ਮੇਰੇ ਗਰੁੱਪ ਦੇ ਵਿੱਚ ਹੀ ਹੈ ਮੁੰਡਾ ਦਵਿੰਦਰ ਧਾਲੀਵਾਲ ਹੈ ਅੰਮ੍ਰਿਤਸਰ ਤੋਂ, ਅਸੀਂ ਕਿੰਨੇ ਮਹੀਨੇ ਦੀ ਸੈਲਰੀ ਆਪਣੇ ਪੱਲਿਓਂ ਦੇਖ ਕੇ ਉਹਦਾ ਲਾਇਸੈਂਸ ਬਣਵਾਇਆ ਸੀ, ਠੀਕ ਹੈ। ਸੋ ਬੇਨਤੀ ਹੈ ਜੋ ਟਰੈਕਟਰ ਜੋ ਵੀ ਤੁਸੀਂ ਚਲਾਉਂਦੇ ਹੋ, ਕੋਈ ਵੀ ਬਿਨਾਂ ਲਾਇਸੈਂਸ ਨਾ ਚਲਾਓ, ਇੱਦਾਂ ਨਾ ਹੋਵੇ ਲੈਣੇ ਦੇਣੇ ਪੈ ਜਾਣ, ਕੋਈ ਅਰਬੀ ਥੱਲੇ ਆ ਜਾਏ ਗੱਡੀ ਦੇ ਅਤੇ ਫਿਰ ਬਹੁਤ ਵੱਡਾ ਨੁਕਸਾਨ ਹੋ ਜਾਣਾ। ਅਤੇ ਦੂਸਰਾ ਜਿਹੜੇ ਇਸ ਟਾਈਮ ਵੀਰ ਪਰੇਸ਼ਾਨੀ ਦੇ ਵਿੱਚ ਨੇ, ਜਿਨ੍ਹਾਂ ਦੀ ਜੋਬ ਨਹੀਂ ਹੈ, ਜਿਹੜੇ ਕਮਰਿਆਂ 'ਚ ਬੈਠੇ ਨੇ, ਉਹਨਾਂ ਦੀ ਫਾਈਨੈਂਸ਼ੀਅਲ ਤੌਰ 'ਤੇ ਤਾਂ ਆਪਾਂ ਹਰ ਇੱਕ ਬੰਦੇ ਦੀ ਹੈਲਪ ਨਹੀਂ ਕਰ ਸਕਦੇ, ਲੇਕਿਨ ਲੰਗਰ ਪਾਣੀ ਤੋਂ ਕੋਈ ਬੰਦਾ ਤੰਗ ਪਰੇਸ਼ਾਨ ਨਾ ਹੋਵੇ,
ਪਰ ਬਾਕੀ ਔਖਾ ਟਾਈਮ ਹੈ, ਹੌਲੀ ਹੌਲੀ ਨਿਕਲ ਜਾਏਗਾ। ਇੰਨਾ ਡਰਨ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਵੱਡੇ ਕਹਿ ਕੇ ਗਏ ਨੇ ਕਿ ਜਿਹੜਾ ਸੁੱਖ ਹੈ ਨਾ ਉਹ ਝੂਠਾ ਸਾਥੀ ਹੈ, ਜਦੋਂ ਵੀ ਜਾਂਦਾ ਹੈ ਤਾਂ ਦੁੱਖ ਦਾ ਪੱਲਾ ਫੜਾ ਕੇ ਜਾਂਦਾ ਹੈ, ਅਤੇ ਜਿਹੜਾ ਦੁੱਖ ਹੁੰਦਾ ਉਹ ਸੱਚਾ ਸਾਥੀ ਹੁੰਦਾ, ਜਦੋਂ ਵੀ ਜਾਂਦਾ ਉਹ ਤੁਹਾਨੂੰ ਸੁੱਖ ਦਾ ਪੱਲਾ ਫੜਾ ਕੇ ਜਾਂਦਾ। ਸੋ ਜੇ ਦੁੱਖ ਆਇਆ ਤਾਂ ਸੁੱਖ ਵੀ ਆਏਗਾ, ਠੀਕ ਹੈ ਜੀ। ਸੋ ਵੱਡੇ ਕਹਿ ਕੇ ਗਏ ਨੇ ਕਿ ਜੇ ਹਨੇਰੀ ਆਈ ਹੈ ਤਾਂ ਮੀਂਹ ਵੀ ਆਏਗਾ। ਸੋ ਥੋੜ੍ਹਾ ਜਿਹਾ ਸਬਰ ਰੱਖੀਏ, ਸੰਤੋਖ ਰੱਖੀਏ, ਪਰਮਾਤਮਾ 'ਤੇ ਆਪਾਂ ਟੇਕ ਰੱਖੀਏ, ਇਹੋ ਜਿਹੇ ਗਲਤ ਸਟੈਪ ਆਪਾਂ ਨਾ ਲਈਏ, ਇੱਕ ਦੂਜੇ ਦੀ ਮਦਦ ਕਰੀਏ। ਉਮੀਦ ਹੈ ਇਹ ਛੋਟਾ ਜਿਹਾ ਵੀਡੀਓ ਜੋ ਹੈ ਤੁਹਾਨੂੰ ਕਈ ਵੀਰਾਂ ਨੂੰ ਸਿੱਧੇ ਰਸਤੇ ਪਾਏਗਾ, ਕਈ ਜੋ ਹੈ ਇਹ ਗਲਤ ਸਟੈਪ ਲੈਣ ਤੋਂ ਗੁਰੇਜ਼ ਕਰਨਗੇ, ਔਰ ਅਗਰ ਇੱਕ ਨੇ ਵੀ ਇਹ ਸਟੈਪ ਲੈਣ ਤੋਂ ਗੁਰੇਜ਼ ਕੀਤਾ ਤਾਂ ਆਹ ਜਿਹੜਾ ਵੀਡੀਓ ਬਣਾਉਣਾ ਹੈ ਉਹ ਸਫਲ ਹੋ ਜਾਏਗਾ। ਸਤਿ ਸ਼੍ਰੀ ਅਕਾਲ ਜੀ।